ਹੈਲੋ, ਮੇਰਾ ਨਾਮ ਜਤਿੰਦਰ ਕੌਰ। ਮੈਂ ਸਾਈਪ੍ਰੈਸ 'ਚ ਰਹਿੰਦੀ ਸੀਗੀ। ਮੈਂ ਕੈਫੀ ਔਰ ਸੰਦੀਪ ਔਜਲਾ ਦੇ ਕੋਲ ਫਾਈਲ ਲਾਈ ਸੀ ਪੁਰਤਗਾਲ ਜਾਣ ਦੀ। ਇਹਨਾਂ ਡੀਲ ਮੇਰੀ ਪਹਿਲਾਂ 4500 ਯੂਰੋ 'ਚ ਹੋਈ ਸੀ। 4500 ਯੂਰੋ 'ਚ 5000 ਯੂਰੋ 'ਤੇ ਆ ਗਿਆ। 5000 ਯੂਰੋ ਤੋਂ 5500 ਯੂਰੋ 'ਤੇ ਆ ਗਿਆ। 5500 ਯੂਰੋ ਤੋਂ ਬਾਅਦ ਰੌਲੇ ਵਾਲੇ ਪੈਸੇ ਵਧਾਉਣੇ ਸ਼ੁਰੂ ਕਰਤੇ। ਮੈਨੂੰ ਕਹਿੰਦਾ 720 ਹੋਰ ਦੋ, 720 ਹੋਰ। ਸਰਬੀਆ ਤੱਕ ਫਸਾ ਦਿੱਤਾ। ਸਰਬੀਆ ਲਿਆ ਕੇ ਪਹਿਲਾਂ ਲਟਕਾਇਆ, ਉੱਥੇ 2 ਹਫ਼ਤੇ ਬਿਠਾਇਆ। ਉਸ ਤੋਂ ਬਾਅਦ ਹੌਲੀ ਹੌਲੀ ਪੈਸੇ ਵਧਾਉਣੇ ਸ਼ੁਰੂ ਕਰਤੇ। ਮੈਂ ਘਰਦਿਆਂ ਨੂੰ ਫੋਨ ਕਰ ਕਰਕੇ ਪੈਸੇ ਹੋਰ ਮੰਗਾਏ ਆ। ਮੈਨੂੰ ਹੁਣ ਕਹਿੰਦਾ ਰਸਤੇ ਸਪਲਿਟ ਲਿਆ ਕੇ ਬਿਠਾਇਆ। ਮੈਨੂੰ ਇਹ ਟਰੂਡੋਸਲ ਦੀ ਸਾਈਡ 'ਤੇ ਕੰਮ ਕਰਦਾ। ਸਾਡੀ ਡੀਲ ਹੋਈ ਸੀ 5500 ਯੂਰੋ 'ਚ ਸਾਰੀ। ਹੁਣ ਮੇਰੇ 5800 6000 ਯੂਰੋ ਲੱਗ ਗਿਆ, ਜਿਹੜਾ ਕੋਲ ਲਿਆਉਂਦੇ ਸੀ ਖਰਚਾ ਉਹ ਵੀ ਸਾਰੇ ਕੋਲ। ਹੁਣ ਵੇਖੋ ਪੈਸਾ ਕੋਈ ਨਹੀਂ ਹੈਗਾ। ਮੈਂ ਹੁਣ ਕਿਸੇ ਦੱਸਦੀ ਵੀ ਨਹੀਂ ਹੈਗੀ। ਮੈਂ ਸਾਰੇ ਪਾਸੇ ਰਸਤੇ 'ਚ ਫਸੀ ਪਈ ਹਾਂ। ਇਸੇ ਕਰਕੇ ਮੇਰੇ ਅਭੀ ਨਵੀਂ ਕੋਈ ਸ਼ੁਭ ਯੋਜਨਾ ਮੈਨੂੰ ਰਾਹ ਵਾਟੇ। ਮੇਰਾ ਇਹ ਜ਼ਿੰਮੇਵਾਰ ਹੋਊਗਾ, ਸਾਰੇ ਪਾਸੇ ਦਾ ਇਹੀ ਜ਼ਿੰਮੇਵਾਰ ਆ। ਮੈਨੂੰ ਕਹਿੰਦਾ ਜੋ ਮਰਜ਼ੀ ਕਰ ਲਓ, ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ ਹੈਗਾ। ਕਹਿੰਦਾ ਮੈਂ ਪੈਸੇ ਲੈ ਕੇ ਮੈਂ ਇੰਡੀਆ ਚਲ ਜਾਣਾ, ਤੁਹਾਨੂੰ ਬਲੌਗ 'ਚ ਪਾ ਜਾਣਾ ਆ। ਹੁਣ ਮੈਂ ਫੋਨ ਕਰਦੀ, ਫੋਨ ਦਾ ਵੀ ਕੋਈ ਜਵਾਬ ਨਹੀਂ ਦਿੰਦਾ। ਮੈਂ ਖਰਚੇ ਤੋਂ ਵੀ ਤੰਗ ਬੈਠੀ ਹਾਂ। ਮੈਨੂੰ ਕਹਿੰਦਾ ਤੇਰਾ 5800 ਯੂਰੋ ਇੱਥੇ ਲੱਗ ਗਿਆ। ਕਿੱਥੇ ਲੱਗ ਗਿਆ ਟਿਕਟਾਂ ਦਾ? ਸਾਡੇ ਨਾਲ ਪਹਿਲਾਂ ਇਹ ਕੋਈ ਗੱਲ ਨਹੀਂ ਹੋਈ ਸੀ, ਸਾਡੇ ਨਾਲ ਕੋਈ ਡੀਲ ਨਹੀਂ ਸੀ ਹੋਈ ਟਿਕਟਾਂ ਦੀ ਪਿੱਛੇ ਫਲਾਈਟ ਦੀ।